ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਮ ਸੀ? ਧੰਨ ਧੰਨ ਬਾਬਾ ਅਜੈ ਸਿੰਘ ਜੀ, ਨਾਮ ਬੋਲੋ ਜੀ ਇੱਕ ਵਾਰੀ, ਧੰਨ ਧੰਨ ਬਾਬਾ ਅਜੈ ਸਿੰਘ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਸੀ। ਸਾਨੂੰ ਆਪਣੇ ਪੁੱਤਰਾਂ ਦੇ ਨਾਮ ਨਹੀਂ ਨਾ ਭੁੱਲੇ ਕਦੀ। ਤੇ ਆਪਾਂ ਸਿੱਖ ਕੌਮ ਦਾ ਪਹਿਲਾ ਸੁਲਤਾਨ ਕਿਹਾ ਜਾਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੱਦਾਂ ਭੁੱਲ ਸਕਦੇ ਹਾਂ? ਉਹਨਾਂ ਦਾ ਪੁੱਤਰ ਕੇਵਲ 4.25 ਸਾਲ ਦਾ ਸੀ, ਕੇਵਲ 4.25 ਸਾਲ। ਕਿੱਦਾਂ ਹੋਏਗਾ ਉਹ? ਕੰਪੈਰੀਜ਼ਨ ਕਰਕੇ ਦੇਖ ਲਓ ਕਿੰਨਾ ਪਊਗਾ। ਤੇ ਉਸ ਬੱਚੇ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਹੋਈ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਧਰਮ ਪਤਨੀ ਵੀ ਗ੍ਰਿਫਤਾਰ ਹੋਈ, ਉਹਨਾਂ ਦਾ ਪੁੱਤਰ ਵੀ ਗ੍ਰਿਫਤਾਰ ਹੋਇਆ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲਚ ਡਰਾਵੇ ਦੇਣ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਪਿਓ ਚਾਹੇ ਜਿੰਨਾ ਮਰਜ਼ੀ ਆਕੜ ਜਾਵੇ, ਜਿੰਨਾ ਮਰਜ਼ੀ ਆਪਣੇ ਫੈਸਲੇ ਉੱਤੇ ਅਟਲ ਰਹੇ, ਪਰ ਜਦੋਂ ਉਹਦੀ ਔਲਾਦ ਦਾ ਮਸਲਾ ਹੁੰਦਾ ਹੈ ਡੋਲ ਜਾਂਦਾ ਹੈ। ਇਹ ਉਹ ਸੋਚਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹਰੇ ਉਹਨਾਂ ਦਾ ਪੁੱਤਰ ਲਿਆ ਕੇ ਖੜਾ ਕਰ ਦਿੱਤਾ ਗਿਆ। ਜਦੋਂ ਪਿਤਾ ਪੁੱਤਰ ਦੇ ਸਾਹਮਣੇ ਦੋਨੋਂ ਹੋਏ, ਪਿਓ ਪੁੱਤਰ ਸਾਹਮਣੇ ਹੋਏ, ਤੇ ਪੁੱਤਰ ਨੇ ਆਵਾਜ਼ ਪਤਾ ਕੀ ਦਿੱਤੀ? ਵਾਹਿਗੁਰੂ ਜੀ ਕਾ ਖਾਲਸਾ। ਕਿਆ ਜਜ਼ਬਾ ਸੀ! ਕਹਿੰਦੇ ਜਦੋਂ ਫਤਿਹ ਬੁਲਾਈ ਤੇ ਇੱਕ ਵਾਰੀ ਘੁੱਟ ਕੇ ਜੱਫੀ ਵੀ ਪਾਈ ਬਾਬਾ ਬੰਦਾ ਸਿੰਘ ਬਹਾਦਰ ਨੇ, ਤੇ ਕੰਨ ਦੇ ਵਿੱਚ ਪਤਾ ਕੀ ਕਿਹਾ? ਪੁੱਤਰਾ, ਇਹ ਨੌਬਤ ਨਾ ਆਏ ਕਿ ਮੈਂ ਡੋਲ ਜਾਵਾਂ, ਇਹ ਨੌਬਤ ਨਾ ਆਵੇ ਕਿ ਤੂੰ ਡੋਲ ਜਾਏ। ਅਸੀਂ ਦੋਨਾਂ ਨੇ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸ ਨਿੱਕੇ ਨਿੱਕੇ ਸਾਹਿਬਜ਼ਾਦੇ ਜਿਹੜੇ 7-9 ਸਾਲ ਦੇ ਸੀ, ਬੜੀਆਂ ਛੋਟੀਆਂ ਛੋਟੀਆਂ ਜਿੰਦਾਂ, ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਪਾਪੀਆਂ ਨੇ ਚਿਣ ਕੇ ਲਹੂ ਲੁਹਾਨ ਕਰ ਦਿੱਤਾ ਸੀ, ਸ਼ਹੀਦ ਕਰ ਦਿੱਤਾ ਸੀ। ਪੁੱਤਰਾ, ਅੱਜ ਇਤਿਹਾਸ ਦੁਹਰਾਉਣ ਦਾ ਟਾਈਮ ਆਇਆ ਹੈ। ਇਹ ਨੌਬਤ ਨਾ ਆਏ ਕਿ ਮੈਂ ਡੋਲਾਂ, ਇਹ ਨੌਬਤ ਨਾ ਆਏ ਕਿ ਤੂੰ ਮੈਨੂੰ ਡੋਲਣ 'ਤੇ ਮਜਬੂਰ ਕਰ ਦੇ। ਤੇ ਪੁੱਤਰ 4.25 ਸਾਲ ਦਾ, ਪਰ ਖੂਨ ਬਾਬਾ ਬੰਦਾ ਸਿੰਘ ਬਹਾਦਰ ਦਾ। ਪੁੱਤਰ ਪਤਾ ਕੀ ਕਹਿੰਦਾ ਪਿਤਾ ਨੂੰ? ਨਹੀਂ ਪਿਤਾ ਜੀ, ਇਹ ਟਾਈਮ ਨਹੀਂ ਆਏਗਾ, ਇਹ ਮੌਕਾ ਨਹੀਂ ਮੈਂ ਆਉਣ ਦੇਵਾਂਗਾ ਕਿ ਮੈਂ ਡੋਲ ਜਾਵਾਂ, ਅਤੇ ਮੈਂ ਇਹ ਹਾਲਾਤ ਨਹੀਂ ਪੈਦਾ ਹੋਣ ਦੇਵਾਂਗਾ ਕਿ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਏ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਨੂੰ ਛੱਡ ਦਿੰਦੇ ਨੇ। ਪੁੱਤਰ ਸਾਹਮਣੇ ਖੜਾ ਹੁੰਦਾ ਹੈ, ਇੱਕ ਕਾਲੀ ਰੰਗ ਦਾ ਜੱਲਾਦ, ਲਾਲ ਅੱਖਾਂ ਕੱਢਦਾ ਆ, ਹੱਥ ਦੇ ਵਿੱਚ ਇੱਕ ਲੰਮਾ ਸਾਰਾ ਛੁਰਾ ਪਕੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਟਾਈਮ ਕਿਹਾ ਜਾਂਦਾ ਹੈ ਕਿ ਔਲਾਦ ਦਾ ਦੁੱਖ ਬਹੁਤ ਭਿਆਨਕ ਹੁੰਦਾ ਹੈ, ਸਹਿਣ ਕਰ ਲਓਗੇ? ਤਾਂ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ, ਜਿਸ ਦਿਨ ਖੰਡੇ ਦੀ ਪਹੁਲ ਛਕੀ ਸੀ ਨਾ, ਇੱਕ ਵਾਅਦਾ ਗੁਰੂ ਨਾਲ ਕੀਤਾ ਸੀ, ਪਤਾ ਕਿਹੜਾ? ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਸਾਰੇ ਕੋਲ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ। ਜਿੱਦਣ ਅੰਮ੍ਰਿਤ ਛਕਿਆ ਸੀ, ਸਿਰ ਤਾਂ ਉਦਣ ਦੇ ਦਿੱਤਾ ਸੀ, ਭਾਵੇਂ ਕਿ ਕੱਟ ਕੇ ਨਹੀਂ ਸੀ ਦਿੱਤਾ, ਪਰ ਦਿਲੋਂ ਤਾਂ ਦੇ ਦਿੱਤਾ ਸੀ। ਕਿਹਾ ਸੀ, ਸਤਿਗੁਰੂ ਤੈਨੂੰ ਸਮਰਪਣ ਹੋ ਗਏ, ਅਸੀਂ ਤੇਰੇ ਹੋ ਗਏ, ਭਾਵੇਂ ਰੱਖ ਲੈ ਭਾਵੇਂ ਮਾਰ ਲੈ। ਆਪ ਹਮ ਚੱਲੀ ਠਾਕੁਰ ਪੈਹਾਰ, ਮੈਂ ਤੇਰੇ ਚਰਨਾਂ 'ਚ ਹਾਰ ਕੇ ਆ ਗਿਆ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਭਾਵੇਂ ਰੱਖ ਲੈ ਭਾਵੇਂ ਮਾਰ ਲੈ, ਮੈਂ ਤੇਰਾ, ਤੇ ਮੈਨੂੰ ਡਰਾ ਨਾ ਦੇ। ਇੱਕ ਬੜਾ ਵੱਡਾ ਚੋਲਾ ਪਾ ਕੇ ਧਾਰਮਿਕ ਲਿਬਾਸ ਦੇ ਵਿੱਚ ਕਾਜੀ ਸਾਹਮਣੇ ਖੜਾ ਹੋਇਆ, ਜਿਹਦਾ ਕੰਮ ਸੀ ਇਨਸਾਫ਼ ਕਰਨਾ। ਉਸ ਪਾਪੀ ਨੇ ਆਵਾਜ਼ ਦਿੱਤੀ, ਜੇ ਨਹੀਂ ਮੰਨਦਾ ਤਾਂ ਇਹਦੇ ਪੁੱਤਰ ਨੂੰ ਥੱਲੇ ਸੁੱਟੋ। 4.25 ਸਾਲ ਦਾ ਬੱਚਾ, ਮੈਂ ਤਾਂ ਇਹ ਗੱਲ ਕਰਨ ਲੱਗਾ, ਹੋਲਾ ਮਹੱਲਾ, ਹੋਲਾ ਮਹੱਲਾ ਸਾਨੂੰ ਇਹ ਜਜ਼ਬਾ ਦਿੰਦਾ। ਆਪਾਂ ਮਨਾਉਣੇ ਭੁੱਲ ਗਏ ਹਾਂ, ਤਾਂ ਹੀ ਆਪਾਂ ਕੱਚੇ ਹੋ ਗਏ ਨਾ, ਤਾਂ ਹੀ ਕੱਚੇ ਹੋ ਗਏ। ਤੇ ਕੱਚਾ ਭਾਂਡਾ ਟੁੱਟਦਾ ਕਿੱਦਾਂ ਹੁੰਦਾ ਪਤਾ ਸਾਨੂੰ ਨਾ, ਮਾੜੀ ਠੋਕਰ ਲੱਗੀ ਹੋ ਗਿਆ, ਤੇੜਾ ਪੱਕ ਗਏ, ਫਿਰ ਉਹ ਨਹੀਂ ਜਾਂਦੇ ਕਿਸੇ ਪਾਸੇ। ਆਪਾਂ ਕੱਚੇ ਹਾਂ ਤਾਂ ਹੀ ਡੋਲ ਜਾਂਦੇ ਝੱਟ, ਕੱਚੇ ਹਾਂ ਤਾਂ ਹੀ ਟੁੱਟ ਜਾਂਦੇ ਮਿੰਟੋ ਮਿੰਟੀ। ਹਾਲਾਤ ਨਾਲ ਲੜਨਾ ਆਉਣਾ ਚਾਹੀਦਾ ਸਾਨੂੰ, ਆਪਾਂ ਹਾਰ ਜਾਂਦੇ ਹਾਂ, ਹਾਲਾਤ ਜਿੱਤ ਜਾਂਦੇ ਨੇ। ਤੇ ਕੀ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਹੈ? ਜਿਹੜਾ ਬੰਦਾ ਹਾਰ ਜਾਏ ਤੇ ਹਾਲਾਤ ਜਿੱਤ ਜਾਏ। ਤੇ ਜੇ ਮੰਨ ਲਓ ਹਾਲਾਤ ਕਿਸੇ ਦਿਨ ਏਦਾਂ ਦੇ ਬਣ ਗਏ ਜਿਹੜੇ ਤੁਹਾਨੂੰ ਮਨਜ਼ੂਰ ਨਾ ਹੋਣ, ਤੇ ਕੀ ਤੁਸੀਂ ਉਸ ਹਾਲਾਤਾਂ ਨੂੰ ਜਿੱਤਣ ਦਿਓਗੇ ਆਪਣੇ ਉੱਤੇ?
ਜਿੱਦਣ ਤੁਹਾਡੇ ਬੱਚਿਆਂ ਤੇ ਬਣ ਜਾਏ, ਥੋੜੇ ਹੁਣ ਸੋਚਿਓ, ਜਦੋਂ ਤੁਹਾਡੀ ਪਤਨੀ ਤੇ ਬਣ ਜਾਏ, ਬੱਚਿਆਂ ਤੇ ਬਣ ਜਾਏ, ਜਦੋਂ ਤੁਹਾਡੀ ਧੀ ਤੇ ਬਣ ਜਾਏ, ਜਦੋਂ ਤੁਹਾਡੀ ਇੱਜ਼ਤ ਤੇ ਬਣ ਜਾਏ, ਜਦੋਂ ਪੱਗ ਤੇ ਬਣ ਜਾਏ, ਫਿਰ ਕੀ ਕਹੋਗੇ? ਵੀ ਹਾਲਾਤ ਨਹੀਂ, ਤੂੰ ਜਿੱਤ ਜਾ ਮੈਂ ਹਾਰ ਜਾਣਾ? ਨਹੀਂ, ਆਪਾਂ ਕਹਾਂਗੇ ਅਸੀਂ ਮਰ ਜਾਈਏ ਭਾਵੇਂ, ਲੇਕਿਨ ਆਪਾਂ ਇੱਜ਼ਤ ਨਹੀਂ ਜਾਣ ਦੇਣੀ। ਇੱਦਾਂ ਹੀ ਕਹਾਂਗੇ ਨਾ, ਕਿਉਂਕਿ ਆਪਾਂ ਕਹਿੰਦੇ ਹਾਂ ਸਿਰ ਲੱਥ ਦਾਏ ਤਾਂ ਲੱਥ ਜਾਵੇ, ਸਿੱਖ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਕਿ ਪੱਗ ਜਿਹੜੀ ਉਹ ਲਾਜ਼ਮੀ ਹੈ, ਭਾਵ ਕਿ ਇੱਜ਼ਤ ਜ਼ਰੂਰੀ ਹੈ। ਪੱਗ ਦਾ ਮਤਲਬ ਹੁੰਦਾ ਇੱਜ਼ਤ, ਇੱਜ਼ਤ ਜ਼ਰੂਰੀ ਹੈ ਭਾਵੇਂ ਜੋ ਮਰਜ਼ੀ ਹੋ ਜਾਏ, ਪਰ ਹਾਲਾਤ ਨੂੰ ਕਦੇ ਨਾ ਜਿੱਤਣ ਦਿਓ। ਖੁਦ ਨੂੰ ਸਟਰੋਂਗ ਬਣਾਓ। ਗੁਰੂ ਦੀ ਨਿਗਾਹ 'ਚ ਪ੍ਰਵਾਨ ਹੋਣਾ ਚਾਹੁੰਦੇ ਹੋ ਤਾਂ ਇਹ ਲਾਜ਼ਮੀ ਹੈ, ਜ਼ਰੂਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਹਾਲਾਤ ਨੂੰ ਨਹੀਂ ਜਿੱਤਣ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਚਾਹੁੰਦੇ ਤੇ ਹਾਲਾਤ ਨੂੰ ਕਹਿੰਦੇ ਵੀ ਤੂੰ ਜਿੱਤ ਭਾਈ। ਹਾਲਾਤ ਕੀ ਸੀ? ਉਹ ਕਹਿੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਰੁਤਬਾ ਦੇਵਾਂਗੇ ਉੱਚਾ, ਆਪਣੀਆਂ ਧੀਆਂ ਵੀ ਦੇ ਦੇਵਾਂਗੇ, ਕਿਉਂਕਿ ਤੇਰੇ ਵਰਗਾ ਯੋਧਾ ਵਾਰ ਵਾਰ ਨਹੀਂ ਜੰਮਦਾ, ਕਿਤੇ ਸਦੀਆਂ ਲੰਘਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਪੈਦਾ ਹੁੰਦੇ, ਕਿ ਤੁਹਾਡੇ ਵਰਗੇ ਯੋਧੇ ਨਹੀਂ ਪੈਦਾ ਹੋਣਗੇ। ਰੁਤਬੇ ਵੀ ਦੇਵਾਂਗੇ ਉੱਚੇ ਉੱਚੇ, ਡਿਗਰੀਆਂ ਵੀ ਦੇਵਾਂਗੇ, ਕੁਰਸੀਆਂ ਦੇਵਾਂਗੇ, ਤਾਜੋ ਤਖਤ ਦੇ ਮਾਲਕ ਬਣਾ ਦੇਵਾਂਗੇ, ਧੀਆਂ ਪੁੱਤਰਾਂ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਦੇ ਦੇਵਾਂਗੇ, ਮੌਜ ਕਰੋਗੇ ਪੂਰੀ ਜ਼ਿੰਦਗੀ, ਬਸ ਕੁਛ ਨਹੀਂ ਕਰਨਾ। ਇੱਕ ਵਾਰੀ ਕਹਿ ਦਿਓ ਕਿ ਅਸੀਂ ਮੁਸਲਮਾਨ ਧਰਮ ਕਬੂਲ ਕਰਦੇ ਹਾਂ, ਇੰਨੀ ਗੱਲ ਹੈ। ਤੇ ਬੜੀ ਸ਼ਰਮ ਆਉਂਦੀ ਹੈ, ਲੱਖ ਲਾਣਤ ਹੈ ਉਹਨਾਂ ਲੋਕਾਂ ਦੇ ਜਿਹੜੇ ਲੋਕ ਸ਼ਰੇਆਮ ਵੀਡੀਓ ਬਣਾ ਬਣਾ ਕੇ, ਸੈਲਫੀਆਂ ਦੇ ਵਿੱਚ ਵੀਡੀਓ ਬਣਾ ਬਣਾ ਕੇ, ਜੀ ਹਮੇ ਤੋ ਪਰਮੇਸ਼ਰ ਨੇ ਚੁਣਾ ਹੈ ਜੀ, ਹਮ ਤੋ ਜੀਜਸ ਕੇ ਭਗਤ ਹੈ ਜੀ, ਹਮਨੇ ਤੋ ਜੀਜਸ ਧਰਮ ਅਪਣਾ ਲਈ ਹੈ। ਇੱਦਾਂ ਨਹੀਂ, ਉਹ ਕਮਲੇ ਤੁਹਾਨੂੰ ਆਪਣੇ ਧਰਮ ਦੀ ਨਹੀਂ ਕੋਈ ਜਾਣਕਾਰੀ, ਤੁਹਾਨੂੰ ਇਹ ਨਹੀਂ ਪਤਾ ਲੱਗਾ ਅੱਜ ਵੀ ਸਾਡਾ ਧਰਮ ਕੀ ਹੈ। ਦੂਜੇ ਨੂੰ ਤੁਸੀਂ ਖਾਗ ਸਮਝੋਗੇ। ਜਿਹੜਾ ਬੰਦਾ ਆਪਣੇ ਪਿਓ ਨੂੰ ਪਿਓ ਨਾ ਸਮਝੇ, ਆਪਣੀ ਮਾਂ ਨੂੰ ਮਾਂ ਨਾ ਸਮਝੇ, ਉਹ ਦੂਜੇ ਨੂੰ ਭਾਵੇਂ ਲੱਖ ਵਾਰੀ ਮੂੰਹ ਮੂੰਹ ਕਹੀ ਜਾਵੇ, ਗੱਲ ਨਹੀਂ ਬਣੇਗੀ, ਉਹ ਲਾਲਚੀ ਹੋਵੇਗਾ। ਜਿਹਦੀ ਮਾਂ ਜਿਉਂਦੀ ਹੋਵੇ, ਪਿਤਾ ਜਿਉਂਦਾ ਹੋਵੇ, ਉਹਦੀ ਕਦਰ ਨਾ ਕਰਦਾ ਹੋਵੇ, ਤੇ ਉਹ ਕਹੇਗੀ ਨਾ ਜੀ, ਜਿਹੜੀ ਗਵਾਂਢੀਆਂ ਦੀ ਬੇਬੇ ਆ ਨਾ ਪ੍ਰਸੰਨ ਕੌਰ, ਮੈਂ ਤਾਂ ਉਹਨੂੰ ਮਾਂ ਬਣਾਉਣ ਲੱਗਾ ਆਪਣੀ। ਤੇ ਭਾਵੇਂ ਜਿੰਨਾ ਮਰਜ਼ੀ ਉਹਨੂੰ ਮਾਂ ਬਣਾ, ਉਹ ਮਾਂ ਨਹੀਂ ਬਣਨੀ ਭਾਈ, ਜਿਹੜੀ ਮਾਂ ਉਹਦੇ ਤੋਂ ਸਤਿਕਾਰ ਨਹੀਂ ਕਰਦਾ। ਜਿਹੜਾ ਬੰਦਾ ਜਿਸ ਕੌਮ ਦੇ ਵਿੱਚ ਪੈਦਾ ਹੋਇਆ, ਜੇ ਉਹ ਉਹਦੇ ਅਸੂਲਾਂ ਨੂੰ ਨਹੀਂ ਮੰਨਦਾ, ਉਹਨੂੰ ਉਹਦੇ ਅਸੂਲਾਂ ਦਾ ਹੀ ਨਹੀਂ ਪਤਾ, ਤੇ ਦੂਜੇ ਦੇ ਅਸੂਲਾਂ ਨੂੰ ਸਮਝਣਾ ਬਹੁਤ ਵੱਡੀ ਗੱਲ ਹੈ, ਜਿਹਨੂੰ ਆਪਣੇ ਘਰ ਦੇ ਅਸੂਲ ਨਹੀਂ ਸਮਝ ਵਿੱਚ ਆਏ। ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹਰੇ ਥੋੜਾ ਜਿਹਾ ਸ਼ਾਂਤ ਹੋ ਜਾਊ, ਬਿਲਕੁਲ ਸ਼ਾਂਤ। ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹਰੇ ਉਹਨਾਂ ਦਾ ਪੌਣੇ ਚਾਰ ਸਾਲ ਦਾ ਪੁੱਤਰ ਜ਼ਮੀਨ ਤੇ ਸੁੱਟ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਅੱਖਾਂ ਖੋਲ ਕੇ ਦੇਖਦੇ ਨੇ, ਜਲਾਦ ਨੇ ਕਾਜ਼ੀ ਦੇ ਇਸ਼ਾਰੇ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲ ਸ਼ੁਰਾ ਵਧਾਇਆ ਕਿ ਆਪਣੇ ਪੁੱਤਰ ਦਾ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਜੀ ਅੱਗੋਂ ਕਹਿੰਦੇ ਨੇ, ਨਹੀਂ ਕਮਲਿਓ, ਸਿੱਖ ਕਮਜ਼ੋਰ ਤੇ ਬੱਚਿਆਂ ਦੇ ਉੱਤੇ ਨਿਹੱਥਿਆਂ ਦੇ ਉੱਤੇ ਵਾਰ ਨਹੀਂ ਕਰਦਾ, ਇਹ ਜ਼ੁਲਮ ਤੁਹਾਡੇ ਹੀ ਇੱਥੇ ਆਇਆ, ਤੁਸੀਂ ਕਰੋ, ਇਹ ਤੁਸੀਂ ਕਰ ਸਕਦੇ ਹੋ ਨਿਹੱਥਿਆਂ ਤੇ ਵਾਰ, ਬੱਚਿਆਂ ਤੇ ਵਾਰ, ਸਿੱਖ ਨਹੀਂ ਕਰਦਾ। ਉਹ ਕਹਿੰਦੇ ਠੀਕ ਹੈ। ਕਾਜ਼ੀ ਨੇ ਇਸ਼ਾਰਾ ਕੀਤਾ, ਬੱਚੇ ਦੇ ਦੋਨੋਂ ਹੱਥਾਂ ਦੇ ਉੱਤੇ ਜਲਾਦ ਨੇ ਆਪਣੇ ਗੋਡਿਆਂ ਦਾ ਭਾਰ ਪਾਇਆ, ਜਲਾਦ ਭਾਰ ਪਾ ਕੇ ਬੱਚੇ ਉੱਤੇ ਬਹਿ ਗਿਆ, ਬੱਚੇ ਦੇ ਸਰੀਰ ਦੇ ਉੱਤੇ ਪਾਇਆ ਹੋਇਆ ਕਮੀਜ਼ ਪਾੜਿਆ ਗਿਆ, ਜਿੱਧਰ ਬੱਚੇ ਦਾ ਦਿਲ ਸੀ ਉੱਧਰ ਜਲਾਦ ਨੇ ਛੁਰਾ ਮਾਰ ਦਿੱਤਾ। ਕਿੰਨੀ ਜ਼ੋਰ ਦੀ ਛੁਰਾ ਮਾਰਿਆ ਹੋਵੇਗਾ ਪੌਣੇ ਚਾਰ ਸਾਲ ਦੇ ਬੱਚੇ ਦੇ ਉੱਤੇ, ਕੱਲਾ ਛੁਰਾ ਮਾਰ ਕੇ ਬਾਹਰ ਨਹੀਂ ਕੱਢਿਆ। ਅਸੀਂ ਸਿੱਖੀ ਨੂੰ ਕੀ ਸਮਝਦੇ ਹਾਂ? ਸਾਨੂੰ ਗੋਡ ਗਿਫਟ ਮਿਲੀ ਹੈ, ਅਸੀਂ ਕਦਰ ਕਰਦੇ ਹਾਂ ਜੀ, ਸਾਨੂੰ ਪਤਾ ਕਿੰਨੀ ਮੁਸ਼ਕਲ ਮਿਲੀ ਹੈ, ਅਸੀਂ ਮਿੰਟ ਨਹੀਂ ਲਾਉਂਦੇ ਆਪਣੇ ਇਤਿਹਾਸ ਨੂੰ ਰੱਦਣ ਲੱਗੇ ਹਾਂ, ਮਿੰਟ ਨਹੀਂ ਲਾਉਂਦੇ ਆਪਾਂ ਇਤਿਹਾਸ ਦੀਆਂ ਗੱਲਾਂ ਨੂੰ ਕੰਡੈਮ ਕਰਨ ਲੱਗੇ ਹਾਂ, ਇੱਕ ਮਿੰਟ ਨਹੀਂ ਲਾਉਂਦੇ ਆਪਾਂ। ਸ਼ਰਾ ਮਾਰ ਕੇ ਜਲਾਦ ਨੇ ਕੱਢਿਆ ਨਹੀਂ, ਮਹਿਸੂਸ ਕਰਿਓ ਹੁਣ ਜਰਾ ਥੋੜਾ ਜਿਹਾ, ਜਲਾਦ ਨੇ ਸ਼ਰਾ ਸੀਨੇ ਦੇ ਵਿੱਚ ਮਾਰ ਕੇ ਛੁਰੇ ਨੂੰ ਘੁਮਾਇਆ। ਤੇ ਮੈਂ ਨਹੀਂ ਕਹਿੰਦਾ ਵੀ ਬੱਚਾ ਚੁੱਪ ਕਰਕੇ ਪਿਆ ਰਿਹਾ ਹੋਵੇਗਾ, ਤੜਪਿਆ ਹੋਵੇਗਾ ਬੱਚਾ, ਉਹ ਕਿਉਂਕਿ ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੈਸੇ ਕੈਸੇ ਪਿਤਾ ਹੋਣਗੇ, ਮੇਰੇ ਕੋਲ ਸ਼ਬਦ ਹੀ ਨਹੀਂ।
और मैं जो इस टाइम फील कर रहा, जो मेरी फीलिंग है, उन्हें बयान नहीं किया जा सकता। और बच्चे का दिल कट के उस बच्चे नूं तड़फदा होया छड़ के, दिल कट के बाबा बंदा सिंह दे मूंह च पा दिता गया सी। ते धन सी बाबा बंदा सिंह जी, पर कैसे योधे सी, कैसा उन्हां दा दिल सी, जिन्हां ने फिर भी बच्चे नूं तड़फदा होया देख के जबान तो एक शब्द नहीं सी बोलिया, ते कलगियां वाले दा धन्नवाद कीता सी, शुक्र कीता सी, दातिया पुत्र दिता सी, तेरी रहमत सी, तेरी बख्शिश सी, ते जे अज पुत्र तेरे चरणों के भेट हो गया तो दातिया ही तेरी बख्शिश है, तेरी रहमत है। सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे, सिर जावे और बाबा बंदा सिंह बहादुर नूं इन्ना टॉर्चर किया, उहदे तों बाद बाबा बंदा सिंह बहादुर दा जिसम उन्होंने गर्म जमूरां कर करके नोचिया। बाबा बंदा सिंह बहादुर दीआं अखां कढ़ियां गईआं, उन्हां दीआं लत्तां वढ दित्तियां गईआं, बाहां वढ दित्तियां गईआं। जदों शरीर बिल्कुल टोटे टोटे हो गया, अखीर ते अजे भी वह सिसक रहे सी, साह लै रहे सी, ते उन्हां दी अखां दे सामने उन्हां दा पौने चार साल दा हसू हसू करदा होया निक्का जिहा पुत्तर, निक्का जिहा चेहरा लहू लुहान होया पिया सी, जिहदी छाती दे विच बड़ा वड्डा मोहरा कीता होया सी, दिल नहीं सी रह गया। बाबा बंदा सिंह बहादुर धड़म करदे हेठां डिग पए। बाबा बंदा सिंह बहादुर दा सीस जलाद ने एक वार करके वड के ओ मारिया।